ਜੇਕਰ ਤੁਹਾਡੇ ਵੀ ਬੱਚੇ ਖੇਡਦੇ ਨੇ ਗਲੀਆਂ ਦੇ ਵਿੱਚ ਤੇ ਆਪਣੇ ਗੁਆਂਢੀਆਂ ਤੇ ਅੱਖਾਂ ਮੀਚ ਕੇ ਕਰਦੇ ਹੋ ਭਰੋਸਾ, ਤਾਂ ਆ ਹੈਵਾਨਿਤ ਭਰੀ ਖਬਰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਅਤੇ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਕੈਦ ਕਰ ਲਵੋਗੇ। ਮਾਮਲਾ ਲੁਧਿਆਣਾ ਟਿੱਬਾ ਰੋਡ ਤੇ ਸਥਿਤ ਗੋਪਾਲ ਨਗਰ ਦਾ, ਜਿੱਥੇ ਇੱਕ 7 ਸਾਲਾ ਮਾਸੂਮ ਬੱਚੀ ਗਲੀ ਦੇ ਵਿੱਚ ਖੇਡ ਰਹੀ ਸੀ ਤਾਂ ਗੁਆਂਢ ਵਿੱਚ ਰਹਿੰਦੇ ਨੌਜਵਾਨ ਦੀ ਨੀਅਤ ਖਰਾਬ ਹੋ ਗਈ ਤਾਂ ਉਸਨੇ ਹੈਵਾਨੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਕੀ ਨਾਮ ਹੈ ਜੀ ਆਪਕਾ? ਕੌਨ ਸੇ ਮਹੱਲੇ ਮੇ ਰਹਤੇ ਹੋ? ਗੋਪਾਲ ਨਗਰ ਚੌਕ ਤੇ। ਆਪਕੀ ਬੱਚੀ ਕੀ ਉਮਰ ਕਿਤਨੀ ਹੈ, ਨਾਮ ਮਤਲਬ? ਤਾਂ ਕਿਤਨੀ? 7। ਅੱਛਾ, ਕੀ ਬਾਤ ਹੋਈ ਹੈ? उसके साथ मतलब कोई दुष्कर्म हुआ था। अच्छा जी। किस कार में काम पे था, 8:30 बजे रूम पे पहुंचा तो फिर जो हुआ वो हम लड़की के डॉक्टर पास पहले गए तो उन्होंने बोला ऐसे ऐसे हुआ, फिर आए बच्ची से पूछा, बच्ची ने हमारे साफ जवाब दिया इन्होंने ऐसा ऐसा किया, बुलेट आने लगा। फिर हमको से बोले कि हम अपने यार दोस्त के पास गए तो सब आए हमारे को पकड़े और फिर भाई थले गल सब बोले डॉक्टर के यहाँ लेके जाओ, मैं सीधा यहाँ आ गया। तो जिसने गलत काम किया क्या साथ में ही रहता है, पड़ोसी है? हाँ, वो सामने रूम में रहता है सर। ये अभी जल्दी रूम चेंज किया, नाम हमें नहीं जानता। अच्छा, कितनी उम्र होगी उसकी? उसकी लंबी परिवार वार सब है सर जी, कम से कम 25-30 के ऊपर है सर। अच्छा, आप बच्ची के पिता हो? हाँ जी सर। तो जो आदमी उसको पकड़ दिया मौके पे? हम सर जी देखे नहीं कुछ, जब हम ड्यूटी पे था सर जी तो हम क्या बता सकते। तो अभी आप प्रशासन से क्या मांग करते हो? प्रशासन से हमको इंसाफ चाहिए सर जी, बाकी कुछ नहीं। परिवार उस बंदे का परिवार भी है? हाँ, उसकी घर वाली भी है वहाँ। हाँ, उसकी। चलो रोवो ना, कोई बात नहीं। 6 से 7 साल की बेटी जो कि उस बहरहम दिल जिहड़ा मैं हुण ਉਹਨੂੰ ਜਿੰਨੀਆਂ ਲਾਹਨਤਾਂ ਪਾਵਾਂ ਅਤੇ ਜਿੰਨੀਆਂ ਉਹਦੇ ਬਾਰੇ ਮੈਂ ਬੁਰਾਈ ਕਰਾਂ ਉਨੀ ਥੋੜ੍ਹੀ ਹੈ। 7 ਸਾਲ ਦੀ ਬੇਟੀ ਦੇ ਨਾਲ ਉਸ ਬੰਦੇ ਨੇ ਜਿਹੜੀ ਗੰਦੀ ਹਰਕਤ ਕੀਤੀ ਹੈ, ਜੋ ਪਬਲਿਕ ਤੋਂ ਬਣਦੀ ਸੇਵਾ ਸੀ ਉਹ ਤਾਂ ਉਹਦੀ ਰੀਹ ਨਾ ਹੋ ਗਈ। ਬਾਕੀ ਟਿੱਬਾ ਥਾਣੇ ਦੇ ਵਿੱਚ ਉਹਨੂੰ ਪਛਾਤਾ ਹੋਇਆ ਜੋ ਕਿ ਇਹਨਾਂ ਦਾ ਗੁਆਂਢੀ ਹੈ ਔਰ ਉਸ ਬੰਦੇ ਦੇ ਆਪਦੇ ਘਰ ਵੀ ਇੱਕ। ਹੁਣ ਮੈਂ ਕੀ ਕਹਾਂ, ਕੋਈ ਗੱਲ ਨਹੀਂ ਭਾਈ, ਰੋਵੋ ਨਾ, ਅਸੀਂ ਸਾਰੇ ਤੁਹਾਡੇ ਨਾਲ ਆ, ਇਨਸਾਫ ਦਵਾਵਾਂਗੇ ਤੁਹਾਨੂੰ ਪੂਰਾ। ਕਿਉਂਕਿ ਉਸ ਟਾਈਮ ਅਸੀਂ ਉੱਥੋਂ ਆ ਰਹੇ ਹਾਂ, ਉਹਦਾ ਆਪਦਾ ਪਰਿਵਾਰ ਵੀ ਹੈਗਾ ਬੰਦੇ ਦਾ ਜਿਸ ਬੰਦੇ ਵੱਲੋਂ ਇਹ ਹਰਕਤ ਕੀਤੀ ਗਈ ਆ, ਔਰ ਇਹਨਾਂ ਦੇ ਬੇਟੇ ਨੂੰ 1-5 ਰੁਪਏ ਦੇ ਕੇ ਚੀਜ਼ ਲੈਣ ਵਾਸਤੇ ਭੇਜਣਾ। ਇਹਨਾਂ ਦੇ ਕਿੰਨੇ ਵਜੇ ਕੱਢਣਾ ਜੀ ਇਹ? ਆਪਣਾ ਕੁਛ ਘੰਟਾ ਡੇਢ ਦੋ ਘੰਟੇ ਪਹਿਲਾਂ ਦੀ ਗੱਲ ਹੈ। ਅੱਛਾ, ਹਾਂਜੀ। ਤਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਹੈ ਜੀ? ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਸ ਬੰਦੇ ਨੂੰ ਇੱਕ ਹੀ ਸਜ਼ਾ ਕਹਿੰਦੇ ਆ, ਫਾਂਸੀ ਦੀ। ਜੇ ਨਹੀਂ ਦਿੱਤੀ ਜਾਂਦੀ ਤੇ ਕੱਲ ਫਿਰ ਮੈਂ ਟਿੱਬਾ ਰੋਡ ਆਪਣਾ ਵਧੀਆ ਤਰੀਕੇ ਨਾਲ ਇਕੱਠ ਕਰਕੇ ਪਬਲਿਕ ਦੇ ਨਾਲ ਇਕੱਠ ਕਰਕੇ ਫਿਰ ਅਸੀਂ ਬਣਦੀ ਕਾਰਵਾਈ ਕਰਵਾਵਾਂਗੇ, ਔਰ ਅਸੀਂ ਬਣਦੀ ਸਜ਼ਾ ਜੋ ਕਿ ਉਹਦੀ ਇੱਕ ਹੀ ਬਣਦੀ ਆ, ਫਾਂਸੀ। ਉੱਥੇ ਹੀ ਮੁਹੱਲਾ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਰੋਪੀ ਨੂੰ ਕਾਬੂ ਕਰਕੇ ਉਸ ਦੀ ਪਹਿਲਾਂ ਛਿੱਤਰ ਪਰੇਡ ਕੀਤੀ ਤੇ ਫਿਰ ਪੁਲਿਸ ਦੇ ਹਵਾਲੇ ਕੀਤਾ। ਕੀ ਤੁਹਾਡਾ ਜੀ? ਭਾਈ ਕੀ ਇੰਸੀਡੈਂਟ ਹੋਇਆ ਇੱਥੇ? ਬੱਚੀ ਨਾਲ ਦੱਸਿਆ ਜਿਹੜਾ ਬੰਦਾ ਅਸੀਂ ਫੜ ਕੇ ਰੋਡ 'ਤੇ ਲੈ ਕੇ ਗਏ ਹਾਂ, ਮਾਰਿਆ ਕੁੱਟਿਆ ਗਿਆ, ਪਬਲਿਕ ਨੇ ਬਹੁਤ ਵਧੀਆ ਕੰਮ ਕੀਤਾ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜੀ ਲੇਡੀ ਸੀਗੀ ਉਹ ਵਿਚਾਰੇ ਮਾਤਰ ਫੈਮਿਲੀ ਸੀਗੀ, ਉਹਨੂੰ ਲੈ ਕੇ ਗਏ ਸਿਵਲ ਹੋਸਪਿਟਲ। ਪੁਲਿਸ ਨੇ ਜ਼ੋਰ ਕੀਤਾ ਸੀ ਉਹਨੂੰ ਲੈ ਕੇ ਜਾਣ ਦਾ, ਉਹ ਛੁਡਾ ਕੇ ਲੈ ਗਏ ਬੰਦੇ ਨੇ। ਕਿਹੜਾ ਏਰੀਆ ਪੈਂਦਾ ਜਿੱਥੇ ਹੋਇਆ? ਰੋਡ ਹੀ ਪੈਂਦਾ, ਪ੍ਰੇਮ ਵਿਹਾਰ ਚੌਂਕ ਨੇੜੇ। ਅੱਛਾ, ਅਤੇ ਕਿੰਨੇ ਸਾਲ ਦੀ ਜਿਹੜੀ ਬੱਚੀ ਸੀ ਜਿਹਦੇ ਨਾਲ? ਵੱਧ ਤੋਂ ਵੱਧ 5 ਜਾਂ 6 ਸਾਲ ਦੀ ਕੁੜੀ ਹੋਣੀ ਹੈ, ਠੀਕ ਹੈ। ਉਹਦੇ ਫਾਦਰ ਸਾਹਿਬ ਨੂੰ ਲੈ ਕੇ ਗਈ ਗੋਦੀ 'ਚ, ਉਹਦਾ ਬਲੱਡ ਵਿਚਾਰੀ ਦਾ ਨਿਕਲਦਾ ਪਿਆ ਕੁੜੀ ਦਾ। ਅਤੇ ਜਿਹੜਾ ਮੁਜਰਮ ਸੀਗਾ ਜਿਹਦੇ ਵੱਲੋਂ ਉਹਨੂੰ ਪੁਲਿਸ ਲੈ ਗਈ? ਅੱਛਾ, ਉਹ ਕਿੰਨੇ ਕੁ ਸਾਲ ਦਾ ਜਿਹੜਾ ਵਿਅਕਤੀ ਸੀਗਾ ਜਿਹਨੇ? ਯਾਰ ਮੇਰੇ ਸਾਹਮਣੇ 38 ਸਾਲ ਦਾ ਮੁੰਡਾ ਹੋਣਾ। ਅੱਛਾ, ਅਤੇ ਲੋਕਾਂ ਨੇ ਫਿਰ ਉਹਦੀ ਛਿੱਤਰਪੇਟ ਕੀਤੀ? ਬਹੁਤ ਵਧੀਆ ਭਾਅ ਜੀ, ਬਹੁਤ ਵਧੀਆ, ਪਬਲਿਕ ਨੇ ਤਸੱਲੀ ਨਾਲ। ਅਤੇ ਹੁਣ ਪੁਲਿਸ ਆਈ ਸੀ ਮੌਕੇ 'ਤੇ ਲੈ ਗਈ? ਪੁਲਿਸ ਆ ਕੇ ਲੈ ਗਈ।
ਫਿਲਹਾਲ ਇਸ ਮਾਮਲੇ ਤੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਦੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਕਿਹੜੀ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।